ਜੀ ਮੈਨੂੰ ਰਾਖ ਸ਼ਰਮਾ ਡੇਲੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਅੱਜ ਜਿੱਥੇ ਪੂਰਾ ਭਾਰਤ ਗਣਤੰਤਰਤਾ ਦਿਵਸ ਨੂੰ ਬੜੇ ਤੂਮ-ਤਾਮ ਨਾਲ ਮਨਾ ਰਿਹਾ ਉੱਥੇ ਇੱਕ ਨੌਜਵਾਨ ਇੱਕ ਬੱਚਾ ਸਾਡੇ ਨਾਲ ਮੌਜੂਦ ਹੈ ਜੋ ਗਣਤੰਤਰਤਾ ਦਿਵਸ ਨੂੰ ਆਪਣੇ ਹੀ ਤਰੀਕੇ ਨਾਲ ਮਨਾ ਰਿਹਾ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਦਸਤਾਰ ਸਜਾਈ ਹੈ ਤਿਰੰਗਾ ਜਿਹੜਾ ਹੈ ਇਸਨੇ ਦਸਤਾਰ ਦੇ ਵਿੱਚ ਬਣਾਇਆ ਸੋ ਇਹਨਾਂ ਦਾ ਆਪਣਾ ਇੱਕ ਵਿਲੱਖਣ ਤਰੀਕਾ ਹੈ ਗਣਤੰਤਰ ਦਿਵਸ ਨੂੰ ਮਨਾਉਣ ਲਈ ਕਿਉਂਕਿ ਆਪਣੀ ਖੁਸ਼ੀ ਨੂੰ ਜ਼ਾਹਿਰ ਕਰਨ ਦਾ ਹਰੇਕ ਦਾ ਆਪਣਾ ਤਰੀਕਾ ਹੁੰਦਾ ਅੱਜ ਇਹਨਾਂ ਨੇ ਆਪਣੀ ਦਸਤਾਰ ਦੇ ਉੱਤੇ ਤਿਰੰਗਾ ਸਜਾਇਆ ਔਰ ਬੜੀ ਮਿਹਨਤ ਕੀਤੀ ਹੈ ਕਿਉਂਕਿ ਇੱਕ ਇੱਕ ਲੜ ਜਿਹੜਾ ਅਸੀਂ ਦੇਖਿਆ ਕਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਲੜ ਸਜਾਇਆ ਉਸ ਤੋਂ ਬਾਅਦ ਕੱਲੇ ਕੱਲੇ ਜਿਹੜਾ ਹੈ ਰੰਗ ਨੂੰ ਉਹਦੇ ਵਿੱਚ ਪਰੋਇਆ ਰੀਵਨ ਦੀ ਛੋਟੀ ਛੋਟੀਆਂ ਜਿਹੜੀਆਂ ਹੈ ਪਟੀਆਂ ਕੱਟ-ਕੱਟ ਕੇ ਉਹਦੇ ਵਿੱਚ ਸਜਾਇਆ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਤਰੰਗੇ ਦੀ ਸ਼ੇਪ ਦੇ ਵਿੱਚ ਦਸਤਾਰ ਸਜਾਈ ਹੋਈ ਹੈ ਸੋ ਇਹਨਾਂ ਦਾ ਨਾਮ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਅੱਜ ਜੋ ਮੇਰੇ ਨਾਲ ਬੈਠੇ ਨੇ ਇਹ ਸਪੈਸ਼ਲ ਚਾਈਲਡ ਨੇ ਮਤਲਬ ਇਹ ਨਾ ਸੁਣ ਸਕਦੇ ਆ ਤੇ ਨਾ ਹੀ ਸਹੀ ਤਰੀਕੇ ਨਾਲ ਬੋਲ ਸਕਦੇ ਆ ਸੋ ਆਪਾਂ ਕੋਸ਼ਿਸ਼ ਕਰਦੇ ਆ ਇਹਨਾਂ ਦੇ ਨਾਲ ਗੱਲ ਕਰਨ ਦੀ ਜੇਕਰ ਇਹ ਬੋਲ ਸਕੇ ਤਾਂ ਠੀਕ ਹੈ ਨਹੀਂ ਤਾਂ ਇਹਨਾਂ ਦੇ ਇੰਟਰਪ੍ਰੀਟਰ ਸਾਡੇ ਨਾਲ ਬੈਠੇ ਨੇ ਸਰਤਾਜ ਸਿੰਘ ਜੀ ਉਹ ਫਿਰ ਇਹਨਾਂ ਬਾਰੇ ਸਾਨੂੰ ਦੱਸਣਗੇ ਸਰਤਾਜ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਤੁਹਾਡਾ ਨਾਮ ਕੀ ਹੈ ਪੰਜੋਦ ਹਾਂਜੀ ਪੰਜੋਦ ਮਨਜੋਤ ਸਿੰਘ ਇਹਨਾਂ ਦਾ ਨਾਮ ਹੈ ਜੀ ਤੁਹਾਨੂੰ ਦੱਸਿਆ ਸੀ ਕਿ ਸਹੀ ਤਰੀਕੇ ਨਾਲ ਜਿਹੜਾ ਬੋਲਣ ਦੀ ਕੋਸ਼ਿਸ਼ ਕਰਦੇ ਆ ਪਰ ਸਾਨੂੰ ਆਵਾਜ਼ ਨਹੀਂ ਸਮਝ ਆਉਂਦੀ ਇਸ ਕਰਕੇ ਕਈ ਦਰਸ਼ਕਾਂ ਨੂੰ ਵੀ ਆਵਾਜ਼ ਸਮਝ ਨਹੀਂ ਆਏਗੀ ਇਹਨਾਂ ਦੇ ਕੰਨ ਦੇ ਵਿੱਚ ਇਹਨਾਂ ਨੇ ਇੱਕ ਬਿਲਕੁਲ ਛੋਟੀ ਜੀ ਮਸ਼ੀਨ ਲਗਾਈ ਹੋਈ ਹੈ ਦਸਤਾਰ ਦੇ ਵਿੱਚ ਮਸ਼ੀਨ ਲਗਾਈ ਹੋਈ ਹੈ ਨਾ ਸੋ ਮਸ਼ੀਨ ਕਰਕੇ ਸੁਣ ਪਾ ਰਹੇ ਆ ਅਦਰਵਾਈਜ਼ ਇਹ ਨਹੀਂ ਸੁਣ ਸਕਦੇ ਸੋ ਅਸੀਂ ਗੱਲ ਕਰਾਂਗੇ ਸਰਤਾਜ ਜੀ ਦੇ ਨਾਲ ਤੇ ਸਰਤਾਜ ਜੀ ਤੁਸੀਂ ਇਹਨਾਂ ਦੇ ਬਾਰੇ ਦੱਸੋ ਕਿਉਂਕਿ ਸਰਤਾਜ ਜੀ ਇਹਨਾਂ ਦੇ ਚਾਚਾ ਜੀ ਆ ਸਰਤਾਜ ਜੀ ਮਨਜੋਤ ਬਾਰੇ ਤੁਸੀਂ ਦੱਸੋ ਇਹ ਮਨਜੋਤ ਸਿੰਘ ਜੋ ਕਿ ਬਚਪਨ ਤੋਂ ਨਾ ਸੁਣ ਸਕਦਾ ਤੇ ਨਾ ਬੋਲ ਸਕਦਾ ਹੈ ਬਚਪਨ ਤੋਂ ਹੀ ਸਾਡੀ ਫੈਮਿਲੀ ਦੇ ਵਿੱਚ ਜਿਹੜਾ ਇਹ ਚੱਲਦਾ ਆ ਰਿਹਾ ਇਸੇ ਤਰ੍ਹਾਂ ਜਿਹੜਾ ਪਰਮਾਤਮਾ ਨੇ ਇਹਨੂੰ ਨਾ ਸੁਣਨ ਦੀ ਸ਼ਕਤੀ ਦਿੱਤੀ ਨਾ ਬੋਲਣ ਦੀ ਸ਼ਕਤੀ ਦਿੱਤੀ ਹੈ ਬੇਸ਼ੱਕ ਗੱਲ ਕੀਤੀ ਜਾਵੇ ਕਿਉਂਕਿ ਇਹ ਹਜੇ ਬੱਚੇ ਹੁੰਦੇ ਨੇ ਕਿ ਬੇਸ਼ੱਕ ਇੱਕ ਪੱਖੋਂ ਤਾਂ ਜਿਹੜਾ ਨਾ ਸੁਣ ਸਕਦਾ ਨਾ ਬੋਲ ਸਕਦਾ ਪਰ ਇਸ ਨੇ ਵਾਇਗੁਰ ਸੱਚੇ ਪਾਤਸ਼ਾਹ ਨੇ ਇੰਨੀ ਕਲਾ ਦਿੱਤੀ ਹੈ ਇਹ ਤਕਰੀਬਨ ਜੇ ਆਪਾਂ ਗੱਲ ਕੀਤੀਵੇ 14 ਕੇ 15 ਸਟਾਈਲਾਂ ਦੀ ਜਿਹੜੀਆਂ ਪੱਗਾਂ ਉਹ ਬਨ ਸਕਦਾ ਇਸ ਤਰ੍ਹਾਂ ਜੇ ਮੋਰਨੀ ਦੀ ਗੱਲ ਕੀਤੀ ਜਾਵੇ ਜਾਂ ਲੜੀ ਸਿੰਗਲ ਦੀ ਗੱਲ ਕੀਤੀ ਜਾਵੇ ਡਬਲ ਲੜੀ ਅਨੇਕਾਂ ਹੀ ਪੱਗਾਂ ਜਿਹੜੀਆਂ ਆਪ ਸਜਾ ਲੈਂਦਾ ਤੇ ਇੱਕ ਗੱਲ ਹੋਰ ਵੀ ਐ ਛੋਟੀ ਉਮਰ ਦੇ ਵਿੱਚ ਸਜਾਤਾ ਲੈਂਦਾ ਤੇ ਹੋਰਾਂ ਦਾ ਵੀ ਬੰਦ ਦਿੰਦਾ ਇਸ ਤਰ੍ਹਾਂ ਸੋ ਵੱਡੀ ਗੱਲ ਇਹ ਐ ਮੈਂ ਤੁਹਾਨੂੰ ਦੱਸਾਂ ਮਨਜੋਤ ਸਿੰਘ ਦੀ ਉਮਰ ਹਜੇ 15 ਸਾਲ ਦੀ ਹੈ 15 ਸਾਲ ਦੇ ਬੱਚੇ ਜਦੋਂ ਕਿ ਜਿਹੜੇ ਨਾਰਮਲ ਬੱਚੇ ਹੁੰਦੇ ਆ ਉਹ ਜੇ ਤੁਰਨਾ ਫਿਰਨਾ ਜਾਂ ਗੱਲਬਾਤ ਕਰਨਾ ਆ ਜਾਂ ਦੁਨੀਆਦਾਰੀ ਹੈ ਜੇ ਸਿੱਖੇ ਰਹੇ ਹੁੰਦੇ ਆ ਪਰ ਮਨਜੋਤ ਸਿੰਘ ਸਪੈਸ਼ਲ ਚਾਈਲਡ ਹੋਣ ਦੇ ਬਾਵਜੂਦ ਵੀ 15 ਸਾਲ ਦੀ ਉਮਰ 'ਚ ਸਰਤਾਜ ਦੇ ਕਹੇ ਅਨੁਸਾਰ ਕਿ 14-15 ਕਿਸਮ ਦੀਆਂ ਦਸਤਾਰਾਂ ਸਜਾ ਲੈਂਦਾ ਔਰ ਸਜਾਣ ਦੇ ਨਾਲ-ਨਾਲ ਇਹ ਬੱਚਾ ਲੋਕਾਂ ਨੂੰ ਪੱਗ ਬੰਨਣੀ ਵੀ ਸਿਖਾਂਦਾ ਤੇ ਵਿਆਹ ਸ਼ਾਦੀਆਂ ਦੇ ਵਿੱਚ ਜਾਂ ਕਿਸੇ ਫੰਕਸ਼ਨ ਦੇ ਵਿੱਚ ਜਾ ਕੇ ਉਹਨਾਂ ਦੇ ਦਸਤਾਰ ਬੰਨਦਾ ਵੀ ਹੈ ਬਿਲਕੁਲ ਸਰਤਾਜ ਇਸ ਤਰ੍ਹਾਂ ਹੀ ਜੀ ਬਿਲਕੁਲ ਸਹੀ ਬਿਲਕੁਲ ਸਹੀ ਗੱਲ ਹੈ ਜੀ ਇਸ ਤਰ੍ਹਾਂ ਤੁਸੀਂ ਹੁਣ ਕੱਲ ਹੀ ਹੁਣ ਘੰਟੇ ਦੀ ਪਹਿਲੀ ਗੱਲ ਹੈ ਜਦੋਂ ਤੁਹਾਡਾ ਫੋਨ ਆਇਆ ਵੀ ਅਸੀਂ ਸਟੋਰੀ ਕਰਨੀ ਹੈ ਜਦੋਂ ਇਹ ਸਟੇਡੀਅਮ ਦੇ ਵਿੱਚ ਸੀ ਉਸ ਤੋਂ ਪਹਿਲਾਂ ਹੀ ਇਹਨਾਂ ਨੂੰ ਕਿਸੇ ਦਾ ਫੋਨ ਆਇਆ ਵਿਆਹ ਸ਼ਾਦੀ ਦੇ ਲਈ ਪੱਗ ਬੰਨਣੀ ਹੈ ਹੁਣ ਇਸ ਤੋਂ ਬਾਅਦ ਜਿਹੜੀ ਹੈ ਇੰਟਰਵਿਊ ਤੋਂ ਬਾਅਦ ਜਿਹੜੀ ਪੱਗ ਬੰਨਣ ਜਾਊਗਾ ਵੀ ਜਿਹੜਾ ਬੰਨਣ ਜਿਹੜਾ ਜਾਊਗਾ ਉਸ ਤੋਂ ਜੋ ਉਹਨਾਂ ਦੀ ਸੇਵਾ ਹੁੰਦੀ ਹੈ ਕਿਸੇ ਦੀ ਹੈ ਕੁਝ ਦੇ ਸਾਹਮਣੇ ਅਗਲਾ 1000 1500 2021 23100 ਦੇ ਦਿੰਦਾ ਉਹ ਆਪਣੇ ਕੋਲ ਰੱਖਦਾ ਤੇ ਉਹ ਜੋ ਵੀ ਦਾ ਮਲਾ ਮोटा ਖਰਚ ਆਉਂਦਾ ਮਸ਼ੀਨ ਦੀ ਜਿਹੜਾ ਤੇ ਸਫਾਈ ਕਰਨ ਦੀ ਮਸ਼ੀਨ ਦਾ ਲੈ ਲੋ ਜਾਂ ਸੱਲਾਂ ਦੀ ਮਸ਼ੀਨ ਦਾ ਲੈ ਲੋ ਉਹ ਉਸ ਤੇ ਹੀ ਖਰਚ ਕਰਦਾ ਜੇ ਬਾਕੀ ਜਿਵੇਂ ਗੱਲ ਕਰ ਲੋ ਦਸਤਾਰਾਂ ਦੀ ਦਸਤਾਰਾਂ ਦਾ ਬਹੁਤ ਸ਼ੌਂਕ ਹੈ ਉਸੇ ਪੈਸੇ ਤੋਂ ਜਿਹੜਾ ਆਪਣੀ ਦਸਤਾਰਾ ਲੈ ਜਾਂਦਾ ਜੀ ਸੋ ਕਿਸੇ ਤੇ ਬੋਝ ਨਹੀਂ ਬਨਣਾ ਚਾਹੁੰਦਾ ਇਸ ਲਈ ਆਪਣੇ ਹੁਨਰ ਨੂੰ ਆਪਣਾ ਜਿਹੜਾ ਹੈ ਅੱਜ ਕੀਤਾ ਵੀ ਬਣਾ ਲਿੱਤਾ ਤੇ 15 ਸਾਲ ਦੀ ਉਮਰ ਦੇ ਵਿੱਚ ਆਪਣਾ ਭਾਰ ਖੁਦ ਚੇਲ ਰਿਹਾ ਕਿਉਂਕਿ ਮੈਂ ਗੱਲ ਕਰ ਰਿਹਾ ਸੀ ਸਰਤਾਜ ਭਰਾ ਨਾਲ ਇਹਨਾਂ ਨੇ ਦੱਸਿਆ ਕਿ ਜਿਹੜਾ ਮਨਜੋਤ ਹੈ ਪੜ ਵੀ ਰਿਹਾ ਤੇ ਕਿਸੇ ਪਾਸੋਂ ਕਿਸੇ ਸਰਕਾਰ ਦੀ ਕੋਈ ਮਦਦ ਨਹੀਂ ਹੈ ਪਰਿਵਾਰ ਹਜੇ ਮੱਧਮ ਵਰਗੀ ਹੈ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਇਸ ਲਈ ਬੜੀ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਕਿਹੜੀ ਜਮਾਤ ਦੇ ਵਿੱਚ ਪੜ ਰਿਹਾ ਜੀ ਕਿੰਨਾ ਖਰਚਾ ਆਉਂਦਾ ਜੀ ਇਹ ਜੇ ਗੱਲ ਕੀਤੀ ਜਾਵੇ ਇਹ ਐਨਏ 8ਵੀਂ ਕਲਾਸ ਦੇ ਵਿੱਚ ਪੜਦਾ ਹੈ ਕਿਉਂਕਿ ਇਹਨਾਂ ਦੀ ਨਾ ਜਿਹੜੀ 8ਵੀਂ ਬੋਰਡ ਦੀ ਹੁੰਦੀ ਨਹੀਂ ਕਿਉਂਕਿ ਇਹ ਸਪੈਸ਼ਲ ਬੱਚੇ ਹੁੰਦੇ ਨੇ ਇਹਨਾਂ ਦੇ ਕਲਾਸਾਂ ਵੀ ਇੱਕ ਕਲਾਸ ਜਿਹੜੀ ਆ ਦੋ ਵਾਰੀ ਕਰਨੀ ਪੈਂਦੀ ਹੈ ਬੇਸ਼ੱਕ ਪਟਿਆਲੇ ਦੀ ਗੱਲ ਕੀਤੀ ਤਾਂ ਪਟਿਆਲੇ ਬੇਸ਼ੱਕ ਤਿੰਨ ਚਾਰ ਸਕੂਲ ਹੈਗੇ ਨੇ ਇਹ ਜੇ ਪਰ ਅਸੀਂ ਉਹਨਾਂ ਨੂੰ ਜਿਹੜਾ ਸਰਕਾਰੀ ਸਕੂਲ ਦੇ ਵਿੱਚ ਤਾਂ ਅਸੀਂ ਪਹਿਲਾਂ ਪਾ ਕੇ ਦੇਖਿਆ ਸੀ ਪਰ ਉੱਥੇ ਸਾਨੂੰ ਦੇਖਿਆ ਬੱਚਾ ਨਹੀਂ ਚੱਲਿਆ ਕਿਉਂਕਿ ਪ੍ਰਾਈਵੇਟ ਜਿਹੜੇ ਸਕੂਲ 'ਚ ਜਿਹੜਾ ਹੁੰਦਾ ਵੀ ਪੜਾਈ ਵੀ ਅੱਛੀ ਹੁੰਦੀ ਹੈ ਉਹ ਪ੍ਰਾਈਵੇਟ ਸਕੂਲ ਜਿਹੜਾ ਸ਼ੇਰਾਂ ਲਾ ਗੇਟ ਸਕੂਲ ਹੈ ਉਸੇ ਤਕਰੀਬਨ ਆ ਕੇ ਕਿਤਾਬਾਂ ਪਾ ਕੇ ਉਸ ਤੋਂ ਇਲਾਵਾ ਜਿਹੜਾ ਆਉਣ ਜਾਣ ਦਾ ਆਟੋ ਦਾ ਖਰਚਾ ਕਿਉਂਕਿ 90 ਰਹਿੰਦਾ 90 ਕੋਈ ਇਹ ਜਿਹਾ ਸਕੂਲ ਹੀ ਹੈਗਾ ਪਰਿਆਲਾ ਜ਼ਿਲ੍ਹੇ ਦੇ ਵਿੱਚ ਸਕੂਲ ਹੈ ਫਿਰ ਡੇਲੀ ਆਪਣਾ ਜਿਹੜਾ ਕਦੀ ਐਕਟਿਵਾ ਤੇ ਕਰ ਲੈਂਦਾ ਕਰਦੇ ਦੇ ਨਾਲ ਜਾਂ ਫਿਰ ਕਦੀ ਬੱਸ ਤੇ ਕਰ ਲੈਂਦਾ ਇਸ ਤਰ੍ਹਾਂ ਜਿਹੜਾ ਆਉਣ ਜਾਣ ਉਹਦਾ ਪੜਾਈ ਦਾ ਜਿਹੜਾ سلسلہ ਚੱਲਦਾ ਰਹਿੰਦਾ ਉਹਦਾ ਸੋ ਬੜੀ ਵੱਡੀ ਰਕਮ ਹੁੰਦੀ ਹੈ ਜੀ 10-12000 ਰੁਪਏ ਇੱਕ ਕਲਾਸ ਦੇ ਵਿੱਚ ਕਿਉਂਕਿ 9000 ਤਾਂ ਫੀਸ ਹੀ ਹੈ ਸਕੂਲ ਦੀ ਇੱਕ ਮਹੀਨੇ ਦੀ ਸੋ ਬੜਾ ਮਤਲਬ ਵੱਡਾ ਜਿਹੜਾ ਹੈ ਜਦੋਂ ਇੱਕ ਆਮ ਪਰਿਵਾਰ ਹੁੰਦਾ ਉਸ ਦੇ ਲਈ 10-12000 ਰੁਪਏ ਮਹੀਨਾ ਆਪਣੇ ਬੱਚੇ ਲਈ ਘਟਣਾ ਬਹੁਤ ਮੁਸ਼ਕਲ ਹੋ ਜਾਂਦਾ ਪਰ ਮਨਜੋਤ ਕਿਸੇ ਤੇ ਵੀ ਬੋਝ ਨਹੀਂ ਬਣਦਾ ਇਹ ਆਪਣੇ ਲਈ ਜਿੰਨਾ ਹੋ ਸਕਦਾ ਉਨਾ ਕਰਨ ਦੀ ਕੋਸ਼ਿਸ਼ ਕਰਦਾ ਸਰਤਾਜ ਜੀ ਮਨਜੋਤ ਕੀ ਆਪਣੇ ਸਕੂਲ ਫੀਸ ਵਗੈਰਾ ਕੱਢ ਲੈਂਦਾ ਨਹੀਂ ਜੇਕਰ ਕੱਲ ਕੀਤੀ ਜਾਂ ਫਿਰ ਇਸ ਫੀਸ ਦੀ ਤਕਰੀਬਾ ਹੁਣ ਜੇ ਹੁਣ ਵਿਆਸ਼ਦਿਆ ਸੀਜ਼ਨ ਚੱਲ ਰਿਹਾ ਇਸ ਤਰ੍ਹਾਂ ਵੀ ਹੈ ਇਸ ਇਸ ਸੀਜ਼ਨ ਦੇ ਵਿੱਚ ਤਾਂ ਆਪਣੀ ਫੀਸ ਕੱਢ ਲੂਗਾ ਨਹੀਂ ਅਦਰਵਾਈਜ਼ ਦੇਖਿਆ ਜਈਏ ਤਾਂ ਕਿਉਂਕਿ ਸਾਡੇ ਜਿਹੜਾ ਇਹਦਾ ਫਾਦਰ ਸਾਹਮਣੇ ਉਹ ਵੀ ਪ੍ਰਾਈਵੇਟ ਜੌਬ ਕਰਦੇ ਨੇ ਸੈਲਰ ਦੇ ਵਿੱਚ ਕਮ ਨੀਮੀ ਦੇ ਤੌਰ ਤੇ ਕਰਦੇ ਉਹਨਾਂ ਤਨਖਾਹ ਪ੍ਰਾਈਵੇਟ ਅਧਾਰ ਦੇ ਵਿੱਚ ਤੁਹਾਨੂੰ ਪਤਾ ਹੀ ਕਿੰਨੀ ਕੁ ਹੁੰਦੀ ਹੈ ਜੇ ਹੁਣ ਦੀ ਗੱਲ ਕੀਤੀ ਫੋਨ ਕੱਢ ਲੂਗਾ ਜੇ ਸੀਜ਼ਨ ਨਹੀਂ ਹੋਗਾ ਫਿਰ ਨਹੀਂ ਉਹ ਕਰ ਸਕਦਾ ਜੀ ਤੁਸੀਂ ਗੱਲ ਕਰ ਰਹੇ ਸੀ ਕਿ ਸੈੱਲ ਜਿਹੜੇ ਮਸ਼ੀਨ ਦੇ ਵਿੱਚ ਜਿਹੜੀ ਕੰਨਚ ਮਸ਼ੀਨ ਲਾਈ ਆ ਉਹਦੇ ਸੈੱਲ ਲੱਗਦੇ ਆ ਉਹਨੂੰ ਸਾਫ਼ ਕਰਨਾ ਪੈਂਦਾ ਉਹਦਾ ਕਿੰਨਾ ਖਰਚਾ ਜਾਂਦਾ ਹਰ ਮਹੀਨੇ ਲੱਗ ਲੱਗਾ ਜਿਹੜੀ ਇਹਦੇ ਕੋਲ ਮਸ਼ੀਨ ਆ ਉਹਦੇ ਲੱਗ ਚਲੋ ਜਿਹੜਾ ਇੱਕ ਪੱਤਾ ਲੱਗਾ 500 ਰੁਪਏ ਦਿੰਦਾ 500 ਰੁਪਏ ਤਿੰਨ ਸੈੱਲ ਹੁੰਦੇ ਨੇ ਉਹ ਤਿੰਨ ਸੈੱਲ ਡਿਪੈਂਡ ਕਰਦਾ ਜੇ ਜੇ 24 ਘੰਟੇ ਮਸ਼ੀਨ ਲਗਾ ਕੇ ਰੱਖੇ ਤਾਂ ਉਹ ਸੈੱਲ ਸਮਝ ਲਓ 4 ਜਾਂ 5 ਦਿਨ ਚੱਲਣਗੇ ਜ਼ੋਰ ਮਾਰ ਕੇ ਜੇ ਵਿਚੋ ਕੰਟਕ ਤੋਂ ਤਾਰ ਦਿਆ ਕਰੇ ਫਿਰ ਲੱਗ ਚਲੋ ਕਿ ਨਾ ਮੈਂ 6 ਦਿਨ ਚ ਕੱਢ ਜਾਣਗੇ 500 ਰੁਪਏ ਦਾ ਪ ਤਾ ਉਤਾਰ ਦਿੰਦਾ ਸੀ ਜਿਹੜਾ ਸੈਲ ਸੀ ਉਹ ਹਫਤਾ ਤੱਕ ਚੱਲ ਜਾਂਦਾ ਸੀ ਹੁਣ ਜਿਹੜਾ ਸੈਲ ਨੇ 500 ਰੁਪਏ ਤਿੰਨ ਦਿਨ ਮਸਾ ਹੀ ਚੱਲਦੇ ਨੇ ਪੰਜ ਦੇ 500 ਰੁਪਏ ਦੇ ਸੈਲ ਤਿੰਨ ਦਿਨ ਚੱਲਦੇ ਆ ਮਸ਼ੀਨ ਦੇ ਵਿੱਚ ਚੇਂਜ ਹੁੰਦੇ ਰਹਿੰਦੇ ਆ ਸੋ ਬੜਾ ਵੱਡਾ ਖਰਚਾ ਹੈ ਇਹ ਵੀ ਇਸ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ ਕਿ ਕੋਈ ਸਰਕਾਰ ਵੱਲੋਂ ਕਿਉਂਕਿ ਮੈਂ ਦੇਖਿਆ ਮਨਜੋਤ ਨੂੰ ਬੜੇ ਥਾਵਾਂ ਤੋਂ ਅਵਾਰਡ ਮਿਲੇ ਆ ਪਿਛਲੀ ਵਾਰ ਵੀ ਸਨਮਾਨਿਤ ਕੀਤਾ ਗਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਨਮਾਨਿਤ ਕੀਤਾ ਇਹਨਾਂ ਨੂੰ ਬੜੇ ਜਿਹੜੇ ਹੈ ਆਧਾਰਿਆਂ ਵੱਲੋਂ ਸਨਮਾਨਿਤ ਕੀਤਾ ਜਾਂਦਾ ਮਨਜੋਤ ਸਿੰਘ ਨੂੰ ਆਪਣੀ ਕਲਾ ਦੇ ਖੇਤਰ ਦੇ ਵਿੱਚ ਲੈ ਕੇ ਜਾਂ ਫਿਰ ਇਹਦੀ ਜਿਹੜੀ ਸਮਾਰਟਨੈਸ ਹੈ ਉਹਦੇ ਨੂੰ ਲੈ ਕੇ ਪਰ ਕੋਈ ਵਿੱਤੀ ਸਹਾਇਤਾ ਵੀ ਮਿਲਦੀ ਹੈ ਨੇ ਬੀਤੀ ਸੈਤਾ ਦੀ ਗੱਲ ਕੀਤੀ ਜਾਵੇ ਬੇਸ਼ੱਕ ਕਹਿੰਦੇ ਆ ਵੀ ਹਾਲਤ ਵੀ ਸਰਕਾਰ ਵੱਲੋਂ ਵੀ ਇਹ ਜੇ ਬੱਚਿਆਂ ਨੂੰ ਕਦਮ ਚੁੱਕੇ ਜਾਣਗੇ ਪਰ ਸਰਕਾਰ ਦਾ ਹਾਲੇ ਕੋਈ ਨੁਮਾਇੰਦਾ ਨਹੀਂ ਆਇਆ ਗੱਲਬਾਤ ਇਹਨਾਂ ਦੇ ਕਾਗਜ਼ ਪੱਤਰ ਦਿੱਤੇ ਪਏ ਨੇ ਉਹ ਕਹਿੰਦੇ ਇਹਨਾਂ ਵੱਲੋਂ ਹੈਲਪ ਹੋਊਗੀ ਜ਼ਰੂਰ ਪਰ ਹਾਲ ਤੱਕ ਦੀ ਗੱਲ ਕੀਤੀ ਜਾਵੇ ਕਿਉਂਕਿ 2 ਸਾਲ ਦਾ ਸਮਾਂ ਹੋ ਗਿਆ ਸਰਕਾਰ ਨੂੰ ਉਹਦੇ ਕਾਗਜ਼ ਪੱਤਰ ਦਿੱਤੇਆਂ ਨੂੰ ਹਾਲ ਤੱਕ ਕੋਈ ਵੀ ਇਹਨਾਂ ਵੱਲੋਂ ਕੋਈ ਹੈਲਪ ਨਹੀਂ ਹੋਈ ਕਿਉਂਕਿ ਇਸ ਤਰ੍ਹਾਂ ਦੇ ਬੱਚੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਸਰਕਾਰੀ ਸਕੂਲਾਂ 'ਚ ਪਾਓ ਵੀ ਉੱਥੇ ਹੈਲਪ ਮਿਲੂਗੀ ਸਰਕਾਰੀ ਸਕੂਲਾਂ 'ਚ ਤਾਂ ਪਾਈਏ ਜੇ ਉੱਥੇ ਪੜਾਈ ਹੋਵੇ ਉਹ ਸਰਕਾਰੀ ਸਕੂਲ 'ਚ ਜਾਂਦਾ ਨਹੀਂ ਤੇ ਹੈ ਇਹ ਬੜੀ ਵੱਡੀ ਤਰਾਸਤੀ ਹੈ ਜੀ ਸਾਡੀਆਂ ਸਰਕਾਰਾਂ ਦੀ ਕਿ ਕਿਸ ਤਰ੍ਹਾਂ ਇੱਕ ਬੱਚਾ ਜਦੋਂ ਜਹਿਦ ਕਰ ਰਿਹਾ ਆਪਣੇ ਜਿਹੜੀਆਂ ਉਹਦੀਆਂ ਕਮਜ਼ੋਰੀਆਂ ਉਹਨਾਂ ਤੋਂ ਵੀ ਉੱਭਰ ਕੇ ਉਹਨਾਂ ਨਾਲ ਲੜ ਕੇ ਉੱਪਰ ਆ ਰਿਹਾ ਹੈ ਆਪਣੇ ਕਿੱਤੇ ਨੂੰ ਆਪਣਾ ਪ੍ਰੋਫੈਸ਼ਨ ਆਪਣੇ ਸ਼ੌਂਕ ਨੂੰ ਪ੍ਰੋਫੈਸ਼ਨ ਬਣਾ ਕੇ ਸੰਘਰਸ਼ ਕਰ ਰਿਹਾ ਹੈ ਜੀਵਨ ਦੇ ਲਈ ਪਰ ਸਰਕਾਰ ਇਸ ਦਾ ਕਿਤੇ ਵੀ ਸਾਥ ਨਹੀਂ ਦੇ ਰਹੀ ਅਗਰ ਇਸ ਨੂੰ ਸਰਕਾਰ ਸਾਥ ਦੇਵੇ ਐਸੇ ਬੱਚੇ ਬਹੁਤ ਅੱਗੇ ਤੱਕ ਜਾ ਸਕਦੇ ਐ ਐਸੇ ਬੱਚੇ ਸਾਇੰਟਿਸਟ ਟੀਚਰ ਕੁਝ ਵੀ ਬਣ ਸਕਦੇ ਐ ਕਿਉਂਕਿ ਅੱਜ ਇਸ ਦਾ ਦਿਮਾਗ 15 ਸਾਲ ਦੀ ਉਮਰ 'ਚ ਇੰਨੀ ਤੇਜ਼ੀ ਨਾਲ ਚੱਲ ਰਿਹਾ ਹੈ ਜੇ ਕਿ ਸਿਰਫ ਬੋਲਣ ਔਰ ਸੁਣਨ ਤੋਂ ਅਸਮਰਥ ਹੈ ਪਰ ਦਿਮਾਗ ਇਸ ਦਾ ਉਸੇ ਸਪੀਡ ਨਾਲ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਦਸਤਾਰ ਸਜਾਈ ਹੈ ਇਸ ਤੋਂ ਇਲਾਵਾ 15 ਕਿਸਮ ਦੀਆਂ ਦਸਤਾਰਾਂ ਜੇਕਰ ਉਹ ਸੁਣਦਾ ਸਮਝਦਾ ਯਾਦ ਕਰਦਾ ਤਾਂ ਹੀ ਸਜਾ ਸਕਦਾ ਤੇ ਕਈ ਥਾਵਾਂ ਤੋਂ ਸਨਮਾਨਿਤ ਹੋਣ ਦੇ ਬਾਵਜੂਦ ਵੀ ਵਿੱਤੀ ਸਹਾਇਤਾ ਨਹੀਂ ਮਿਲਦੀ ਜਦੋਂ ਐਸੇ ਬੱਚੇ ਵਿੱਤੀ ਸਹਾਇਤਾ ਜਾਂ ਸਰਕਾਰੀ ਸਹਾਇਤਾ ਤੋਂ ਪਿੱਛੇ ਰਹਿ ਜਾਂਦੇ ਆ ਤੇ ਫਿਰ ਉਹ ਜ਼ਿੰਦਗੀ ਦੇ ਵਿੱਚ ਵਿਕਾਸ ਕਰਨਾ ਵੀ ਉਹਨਾਂ ਲਈ ਮੁਸ਼ਕਲ ਹੋ ਜਾਂਦਾ ਹੈ ਇੱਥੇ ਚਾਹੀਦਾ ਸਰਕਾਰਾਂ ਨੂੰ ਕਿ ਐਸੇ ਬੱਚਿਆਂ ਨੂੰ ਜੇਕਰ ਅਸੀਂ ਹੋਣਹਾਰ ਵਿਦਿਆਰਥੀਆਂ ਨੂੰ ਅੱਗੇ ਕਰਦੇ ਹਾਂ ਸਰਕਾਰ ਦੀਆਂ ਬਹੁਤ ਸਕੀਮਾਂ ਇਸ ਤਰ੍ਹਾਂ ਦੀਆਂ ਆ ਵਿਦਿਆਰਥੀਆਂ ਨੂੰ ਅੱਗੇ ਕੀਤਾ ਜਾਂਦਾ ਤਾਂ ਇਹ ਤਾਂ ਫਿਰ ਉਹਨਾਂ ਹਫ਼ਤੇ ਪਾਰੂ ਹੈ ਕਿਉਂਕਿ ਇਸ ਨੂੰ ਪ੍ਰਮਾਤਮਾ ਵੱਲੋਂ ਕੁਝ ਕਮੀਆਂ ਦਿੱਤੀਆਂ ਗਈਆਂ ਪਰ ਇਹ ਆਪਣੀ ਕਮੀਆਂ ਨਾਲ ਸੰਘਰਸ਼ ਕਰਕੇ ਫਾਈਟ ਕਰਕੇ ਅੱਗੇ ਆ ਰਿਹਾ ਹੈ ਸਰਕਾਰ ਨੂੰ ਦੂਰੇ ਰੂਪ ਦੇ ਵਿੱਚ ਇਸ ਦਾ ਸਾਥ ਦੇਣਾ ਚਾਹੀਦਾ ਅਸੀਂ ਸਰਕਾਰਾਂ ਅੱਗੇ ਵੀ ਇਹੀ ਗੁਜਾਰਿਸ਼ ਕਰਾਂਗੇ ਕਿ ਅਜਿਹੇ ਬੱਚਿਆਂ ਨੂੰ ਉੱਪਰ ਲਿਆਉਣ ਲਈ ਇਹਨਾਂ ਦਾ ਸਾਥ ਦਿੱਤਾ ਜਾਵੇ ਜੇਕਰ ਹੁਣ ਇੱਥੇ ਮੈਂ ਗੱਲ ਕਰਦਾ ਕਿ ਜਿਸਨੂੰ ਤੁਸੀਂ ਦੱਸਿਆ ਕਿ ਦਸਤਾਰਾਂ ਸਜਾਣ ਦਾ ਸਖੰਦਾ ਵੀ ਹੈ ਉਹਨਾਂ ਚੀਜ਼ਾਂ ਨੂੰ ਲੈ ਕੇ ਤੇ ਜਦੋਂ ਛੋਟਾ ਸੀ ਤੇ ਕਿੰਨੇ ਕ ਦਿਕਤਾਂ ਨੇ ਕਿਉਂਕਿ ਦੱਸਦੇ ਸਾਡੇ ਪਰਿਵਾਰ ਦੇ ਵਿੱਚ ਵੀ ਇਸ ਤਰ੍ਹਾਂ ਹੀ ਚੱਲੇ ਆ ਰਹੇ ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਇਸ ਤਰ੍ਹਾਂ ਦਾ ਪ੍ਰੋਬਲਮ ਸਾਡੇ ਪਰਿਵਾਰ ਦੇ ਵਿੱਚ ਸਾਡੇ ਭੂਆ ਦੇ ਬੱਚੇ ਨੇ ਉਹ ਵੀ ਇਦਾਂ ਦਿੰਦੇ ਆ ਕਿ ਭੂਆ ਦੇ ਬੇਟੇ ਤੋਂ ਬੇਟੇ ਹੋਗੇ ਹੋਗੇ ਉਹਨਾਂ ਦੇ ਉਹ ਵੀ ਇਦਾਂ ਨੇ ਕਹਿੰਗੇ ਸਾਡੇ ਤਾਂ ਪੀੜ੍ਹੀ ਦੇ ਵਿੱਚ ਚੱਲਦਾ ਆ ਰਿਹਾ ਹੈ ਇਸ ਤਰ੍ਹਾਂ ਜਿਹੜਾ ਕਹਿੰਦੇ ਨੇ ਕਿ ਖੂਨ ਦੇ ਵਿੱਚ ਖੂਨ ਰਾਈ ਜਾਂਦਾ ਇਸ ਤਰ੍ਹਾਂ ਦੇ ਬੱਚੇ ਦੇ ਵਿੱਚ ਵੀ ਹੈ ਇਹਦਾ ਛੋਟਾ ਬ੍ਰਦਰ ਵੀ ਹੈ ਉਹ ਵੀ ਇਸ ਤਰ੍ਹਾਂ ਦਾ ਹੀ ਹੈ ਉਹ ਵੀ ਦੋਨੇ ਜਿਹੜੇ ਬੱਚੇ ਨੇ ਇਹ ਡੇਲੀ ਆਪਣਾ 90 ਤੋਂ ਜਿਹੜਾ ਬਰਿਆਲੇ ਆਉਂਦੇ ਨੇ ਇਸ ਤਰ੍ਹਾਂ ਦੇ ਸਕੂਲ ਦੇ ਵਿੱਚ ਪੜ੍ਹਦੇ ਨੇ ਮਤਲਬ ਪਰਿਵਾਰ ਦੇ ਵਿੱਚ ਇੱਕ ਇਸ ਸਮੱਸਿਆ ਚੱਲੀ ਆ ਰਹੀ ਹੈ ਔਰ ਉਸੇ ਨਾਲ ਇਹ ਵੀ ਗ੍ਰਸਤ ਨੇ ਤੁਹਾਨੂੰ ਦੱਸਦੀ ਹੈ ਕਿ ਮਨਜੋਤ ਦਾ ਛੋਟਾ ਭਰਾ ਉਸ ਨੂੰ ਵੀ ਇਹੀ ਸਮੱਸਿਆ ਹੈ ਉਹ ਵੀ ਇਸੇ ਸਮੱਸਿਆ ਤੋਂ ਪੀੜਿਤ ਹੈ ਪਰ ਫਿਰ ਵੀ ਮਨਜੋਤ ਉਹਦੇ ਲਈ ਵੀ ਮਿਸਾਲ ਬਣਦਾ ਤੇ ਇਹ ਅੱਗੇ ਵਧ ਕੇ ਕੁਝ ਨਾ ਕੁਝ ਕਰਨਾ ਚਾਹੁੰਦਾ ਤੁਸੀਂ ਸਰਕਾਰ ਤੋਂ ਕਦੇ ਮੰਗ ਕੀਤੀ ਜਿਸ ਤਰ੍ਹਾਂ 2 ਸਾਲ ਹੋ ਗਏ ਤੁਸੀਂ ਡਾਕੂਮੈਂਟਸ ਜਿਹੜੇ ਹਨ ਭਰ ਕੇ ਦੇ ਚੁੱਕੇ ਹੋ ਉਸ ਤੋਂ ਬਾਅਦ ਤੁਹਾਡੇ ਨਾਲ ਕਿਸੇ ਦੀ ਕੋਈ ਗੱਲ ਹੋਈ ਨੇ ਸਰਕਾਰ ਨਾਲ ਕੋਈ ਗੱਲ ਨਹੀਂ ਹੋਈ ਵੈਸੇ ਤੁਹਾਨੂੰ ਗਲਤੀ ਕਹੂੰਗੀ ਮਿੰਟ-ਮਿੰਟ ਕਹਦਾ ਇੱਕ ਤਾਂ ਕਹਿੰਦਾ ਵੀ ਇੱਕ ਭੀਖ ਦੇ ਮੰਗਣ ਦੇ ਬਰਾਬਰ ਹੋ ਜਾਂਦਾ ਕਿਉਂਕਿ ਸਰਕਾਰ ਨੂੰ ਆਪ ਹੀ ਚਾਹੀਦਾ ਨਾ ਇਹਨਾਂ ਨੇ ਆਪਾਂ ਨੇ ਕਦੇ ਕਿਹਾ ਕਿਉਂਕਿ ਅਸੀਂ ਵੀ ਨਾ ਦੁਬਾਰਾ ਮੁੜ ਕੇ ਗੱਲ ਕੀਤੀ ਵੀ ਹਾਂ ਕੀ ਹੈ ਵੀ ਸਰਕਾਰ ਨੂੰ ਆਪ ਹੀ ਚਾਹੀਦਾ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਵਕਵਾ ਕਰਨ ਜਿਹੜਾ ਆਧਾਰਾਂ ਤੋਂ ਸਨਮਾਨ ਵੀ ਕਰ ਚੁੱਕਾ ਹੈ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਨੇ ਵੀ ਸਨਮਾਨ ਕੀਤਾ ਹੈ ਹੋਰ ਰੱਗੇ ਸਾਬਕਾ ਮੁੱਖ ਮੰਤਰੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਵੀ ਸਨਮਾਨ ਕੀਤਾ ਹੈ ਡਿਪਟੀ ਮੁੱਖ ਮੰਤਰੀ ਜਿਹੜੇ ਸੁਖਵੀਰ ਸਿੰਘ ਬਾਦਲ ਸੀ ਸਾਫ ਕਾ ਉਹਨਾਂ ਨੇ ਵੀ ਸਨਮਾਨ ਦਾਵੀ regering ਸਰਕਾਰ ਤੋਂ ਵੀ ਵੀ ਇਹ ਜੀ ਆਸ ਰੱਖੀਏ ਤਾਂ ਸਾਨੂੰ ਥੋੜਾ ਆਪ ਹੀ ਮਨੋਬਲ ਟੁੱਟ ਜਾਂਦਾ ਆਉਂਗੀ ਸਾਨੂੰ ਐ ਨਹੀਂ ਹੁੰਦਾ ਵੀ ਆਸੀਂ ਵੀ ਉਸ ਤੋਂ ਮੰਗੀਏ ਕਿਉਂਕਿ ਸਾਨੂੰ ਆਉਂਦਾ ਵੀ ਬੱਚਾ ਆਪਣੀ ਮਿਹਨਤ ਕਰੇ ਤੇ ਜਿਆਦਾ ਬੈਸਟ ਹੈ ਬਿਲਕੁਲ ਜੀ ਉਹ ਤਾਂ ਸੀ ਮਨਜੋਤ ਦੇ ਹੌਸਲੇ ਤੋਂ ਹੀ ਸਮਝ ਗਏ ਆ ਕਿ ਆਪਣੀ ਮਿਹਨਤ ਕਰਨਾ ਚਾਹੁੰਦਾ ਪਰ ਸਰਤਾਜ ਉਹਨਾਂ ਦਾ ਕਹਿਣਾ ਕਿ ਅਸੀਂ ਬਾਰ ਬਾਰ ਜੇਕਰ ਸਰਕਾਰ ਕੋਲ ਜਾਈਏ ਸਾਡਾ ਵੀ ਮਨ ਟੁੱਟਦਾ ਤੇ ਬੱਚੇ ਦਾ ਵੀ ਜਿਹੜਾ ਮਨੋਵਲਕਿਚਨਾ ਕਿਤੇ ਕਮਜ਼ੋਰ ਹੋ ਜਾਂਦਾ ਹੈ ਕਿ ਪੀਖ ਮੰਗਣ ਵਾਲਾ ਕੰਮ ਹੋ ਗਿਆ ਇਹ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਅੱਗੇ ਆ ਕੇ ਇਹਨਾਂ ਦੀ ਗੱਲ ਸੁਣੇ ਕਿਉਂਕਿ ਬੜੇ ਕਈ ਕਲਾਕਾਰਾਂ ਨੂੰ ਕਈ ਹੋਰ ਚੀਜ਼ਾਂ ਨੂੰ ਜਿਹੜਾ ਹੈਗਾ ਫੈਲੋਸ਼ਿਪ ਲੱਗਦੀ ਹੈ ਜਾਂ ਉਹ ਚੀਜ਼ ਇਹਦਾ ਤਾਂ ਘਟੋ ਘਟ ਪੜ੍ਹਾਈ ਦਾ ਜਿਹੜਾ ਖਰਚਾ ਉਹੀ ਸਰਕਾਰ ਚੱਕ ਲਵੇ ਤਾਂ ਵੀ ਇਹਨਾਂ ਹੋਣਾਰ ਵਿਦਿਆਰਥੀ ਬਣੂਗਾ ਇਹ ਔਰ ਇਹਨ ਕੁਝ ਵੀ ਬਣ ਸਕਦਾ ਚਾਹੇ ਡਾਕਟਰ ਬਣ ਜੇ ਵਕੀਲ ਬਣ ਜੇ ਜਾਂ ਸਾਇੰਟਿਸਟ ਬਣ ਜੇ ਕੁਝ ਵੀ ਬਣ ਸਕਦਾ ਆਪਾਂ ਥੋੜੀ ਜੀ ਗੱਲ ਮਨਜੋਤ ਨਾਲ ਵੀ ਕਰਕੇ ਦੇਖਦੇ ਆਂ ਚਲੋ ਇਸੇ ਬਾਰੇ ਮਨਜੋਤ ਬਾਰੇ ਜਾਣਦੇ ਆ ਕਿ ਮਨਜੋਤ ਨੂੰ ਕੀ ਅੱਛਾ ਲੱਗਦਾ ਕਿਉਂਕਿ ਇਸ ਦਾ ਦਸਤਾਰ ਬੰਨਣਾ ਇੱਕ ਤਾਂ ਸ਼ੌਂਕ ਹੈ ਇਸ ਤੋਂ ਇਲਾਵਾ ਕੀ ਕੀ ਅੱਛਾ ਲੱਗਦਾ ਥੋੜੀ ਜੀ ਗੱਲਾਂ ਕਰਦੇ ਆਂ ਮਨਜੋਤ ਕਿਹੜੀ ਕਲਾਸ ਪੜ੍ਹਦੇ ਹੋ 8ਵੀਂ 8ਵੀਂ ਚ ਪੜ੍ਹਦੇ ਹੋ ਅੱਛਾ ਦਸਤਾਰ ਸਜਾਣਾ ਕਦੋਂ ਸਿੱਖਿਆ ਇਹ ਪਤਾ ਨਹੀਂ ਯਾਦ ਨਹੀਂ ਯਾਦ ਨਹੀਂ ਇਹ ਕਦੋਂ ਬੰਨਣਾ ਸ਼ੁਰੂ ਕੀਤਾ ਉਹ ਛੋਟਾ ਛੋਟਾ ਹੁੰਦਾ ਸੀ ਛੋਟਾ पड़ो, पड़ो, थोरा। थोरा। अच्छा पढ़ाई ਦੇ ਵਿੱਚ ਸਕੂਲ ਦੇ ਵਿੱਚ ਕੀ ਕੀ ਪੜਦੇ ਹੋ ਪੜਦੇ ਪੜੋ ਕੀ ਪੜਦੇ ਹੋ ਆਰਟੀਪੀ ਅੱਠਵੀਂ ਵਿੱਚ ਪੜਦੇ ਹੋ اچھا ਗਾਣੇ ਸੁਣਦੇ ਹੁੰਦੇ ਹੋ ਨਾ ਦੋਰਾ ਥੋੜਾ ਥੋੜਾ ਕੋਈ ਗਾਣਾ ਅੱਛਾ ਲੱਗਦਾ ਕੋਈ ਫੇਵਰੇਟ Song ਹੈਗਾ ਪੜਦੇ ਗਾਣਾ ਗਾਣਾ ਪਸੰਦ ਕੋਈ ਵਧੀਆ ਵਧੀਆ ਗਾਣਾ ਗਾਣਾ ਹਮ ਨਹੀਂ ਕਿਹੜੇ ਗਾਣੇ ਪੜਦੇ ਨਹੀਂ ਪਤਾ ਗਾਣੇ ਦਾ ਨਹੀਂ ਪਤਾ اچھا ਪੜਨ ਚ ਕਿਹੜਾ ਸਬਜੈਕਟ ਅੱਛਾ ਲੱਗਦਾ ਦੇਖੋ ਬਖਸੋਲ ਵਧੀਆ ਵਧੀਆ ਕਿਹੜਾ ਨਿੰਕੋ ਤੇ ਬੱਟਾਪੀ ਰਜਾਬੀ ਪੰਜਾਬੀ ਅੱਛੀ ਲੱਗਦੀ ਹੈ ਜੀ ਅੱਛਾ ਦਸਤਾਰ ਕਿਹੜੀ ਸਭ ਤੋਂ ਸੋਹਣੀ ਬੰਨਦੇ ਹੋ ਤੁਸੀਂ ਜਿਵੇਂ ਮੋਰਨੀ ਸਿੰਗਲ ਪੱਟੀ ਡਬਲ ਕਿਹੜੀ ਸਭ ਤੋਂ ਸੋਹਣੀ ਬੰਨਦੇ ਹੋ ਦਸਤਾਰ ਵਧੀਆ ਕਿਹੜੀ ਤੈਨੂੰ ਜਿੱਦਾਂ ਉਹ ਗਾਰੇ ਅਮੇ ਜਾਣੀ ਅਮ੍ਰੀਸ਼ਾ ਅਮ੍ਰੀਸ਼ਾਹੀ ਅਮ੍ਰਿਤ ਸ਼ਾਹੀ ਅਮ੍ਰਿਤ ਸ਼ਾਹੀ ਜਿਹੜੀ ਹੈ ਦਸਤਾਰ ਉਹ ਸਭ ਤੋਂ ਵਧੀਆ ਬੰਨਦਾ ਉਹ ਇਹਨੂੰ ਸਭ ਤੋਂ ਸੋਹਣੀ ਲੱਗਦੀ ਹੈ ਅੱਜ ਤਿਰੰਗੇ ਵਾਲੀ ਪੱਗ ਬੰਨੀ ਅੱਜ ਤੁਹਾਨੂੰ ਮੰਤਰੀਆਂ ਨੇ ਵੀ ਜੱਫੀ ਪਾ ਕੇ ਮੰਤਰੀ ਮਿਲੇ ਸੀ ਜੱਫੀਆਂ ਬਾਵਾ ਕੇ ਹੈ ਤੇ ਕੀ ਲੱਗਦਾ ਫਿਰ ਖੁਸ਼ੀ ਹੁੰਦੀ ਹੈ ਉਹ ਮਾ ਅੰਕਲ ਨੂੰ ਮੰਤੀ ਪਤਾ ਤੁਹਾਨੂੰ ਮੈਂ ਨਿਊ ਬਣਾਉ ਮੈਂ ਫੋਟੋ ਫੋਟੋ ਕਿ ਚਾਲੀ ਅੱਛਾ ਤੇ ਸਕੂਲ ਦੇ ਵਿੱਚ ਸਾਰੇ ਲੋਕ ਤੁਹਾਨੂੰ ਬਹੁਤ ਅੱਛਾ ਕਰਦੇ ਹੋਣਗੇ ਕਿ ਇਹ ਮਨਜੋਤ ਸਿੰਘ ਇਨੀ ਅੱਛੀ ਦਸਤਾਰ ਸਜਾ ਕੇ ਆਂਦਾ ਹਾਂ ਮੈਂ ਅੰਕਲ ਨੂੰ ਪੰਖ ਮੋਟੇ ਬਤਿਆ ਹਾਂ ਹਾਂ ਕੀ ਖੇਡਦੇ ਹੋ ਖੇਡਦੇ ਹੋ ਕ੍ਰਿਕਟ ਗੁੱਲੀ ਡੰਡਾ ਜਾਂ ਕੁਝ ਹੋਰ ਖੇਡਣਾ ਪਸੰਦ ਹੈ ਪਤਾ ਨਹੀਂ ਖੇਡਣਾ ਖੇਡੋ ਖੇਡੋ ਕੀ ਖੇਡਦੇ ਹੋ ਖੇਡੋ ਖੇਡੋ ਕਿੱਡੋ ਬੁਡ ਪਤੰਗ ਉਹ ਬਾ ਬਾ ਪਤੰਗ 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 ਕਿੰਨੇ ਕੁ ਪਤੰਗ ਡਾਲੇ ਨੇ ਕਿੰਨੇ ਪਤੰਗ ਕਿੰਨੇ ਡਾਉ ਬਾ ਪਤੰਗ ਗਣ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਪਤੰਗ ਡਾਲਣਾ ਚਾਈਨਾ ਡੋਰ ਨਾਲ ਪਤੰਗ ਨਹੀਂ ਡਾਣਾ ਸਿੰਪਲ ਡੋਰ ਨਾਲ ਪਤੰਗ ਡਾਣਾ ਠੀਕ ਹੈ ਹਾਂ ਠੀਕ ਹੈ ਇਸੇ ਤਰ੍ਹਾਂ ਕਾਮਯਾਬੀ ਤੁਹਾਡੇ ਕਦਮ ਚੁੰਮੇਗੀ ਇਸੇ ਤਰ੍ਹਾਂ ਮਿਹਨਤ ਕਰਦੇ ਰਹੋ ਤੰਦਰੁਸਤੀ ਤੁਹਾਨੂੰ ਮਾਲਕ ਦੇ ਅਸੀਂ ਵੀ ਅਰਦਾਸ ਕਰਦੇ ਹਾਂ ਪਰ ਅਸੀਂ ਸਰਕਾਰਾਂ ਨੂੰ ਵੀ ਗੁਜ਼ਾਰਿਸ਼ ਕਰਦੇ ਹਾਂ ਕਿ ਐਸੇ ਬੱਚਿਆਂ ਨੂੰ ਅੱਗੇ ਲਿਆਓ ਇਹ ਹੋਣਹਾਰ ਵਿਦਿਆਰਥੀ ਨੇ ਸਪੈਸ਼ਲ ਬੱਚਿਆਂ ਦੇ ਲਈ ਬੜਾ ਕੁਝ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੇ ਬੱਚਿਆਂ ਨੂੰ ਕਿਤੇ ਅੰਡਰਐਸਟੀਮੇਟ ਨਹੀਂ ਕਰਨਾ ਚਾਹੀਦਾ ਬਲਕਿ ਇਹਨਾਂ ਨੂੰ ਉਭਾਰ ਕੇ ਸਭ ਦੇ ਸਾਹਮਣੇ ਲਿਆ ਕੇ ਇਹਨਾਂ ਦੀ ਜਿਹੜੀ ਸ਼ਕਤੀ ਹੈ ਇਹਨਾਂ ਦੀ ਜਿਹੜੀ ਹੈ ਜੋਸ਼ ਹੈ ਇਹਨਾਂ ਚ ਹੌਸਲਾ ਹੈ ਉਸ ਨੂੰ ਸਲਾਮ ਕਰਦੇ ਹੋਏ ਅਸੀਂ ਇਹੀ ਕਹਾਂਗੇ ਸਰਕਾਰਾਂ ਨੂੰ ਇਹਨਾਂ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ ਤੁਸੀਂ ਸਾਡੇ ਮ ਸਰਕਾਰ ਨੂੰ ਤੁਸੀਂ ਕਹਿਣਾ ਵੀ ਕੱਲਾ ਇਹ ਬੱਚਾ ਨਹੀਂ ਹੈਗਾ ਇਸ ਦੇ ਨਾਲ ਤੇ ਬਹੁਤ ਬੱਚੇ ਨੇ ਤੁਸੀਂ ਸਕੂਲਾਂ ਚਾ ਦੇਖੋ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਜਾਵੇ ਉੱਥੇ ਪ੍ਰੋਪਰ ਤਰੀਕੇ ਨਾਲ ਜਿਹੜੇ ਟੀਚਰ ਨੇ ਹੈਗੇ ਕਿਉਂਕਿ ਜਿਹੜਾ ਸਪੈਸ਼ਲ ਸਪੀਚ ਥੈਰੇਪੀ ਟੀਚਰ ਨੇ ਉਹ ਲਗਾਏ ਜਾਂਦੇ ਕਿਉਂਕਿ ਇਹ ਜਿਹੜਾ ਬੱਚਾ ਨਹੀਂ ਹੈ ਇਹਦੇ ਬੱਚੇ ਹੋਰ ਨੇ ਕਿਉਂਕਿ ਇਹ ਜਿਹੜੇ ਬੱਚੇ ਕੱਲਾ ਇਸ ਬੱਚੇ ਨਾਲ ਨਹੀਂ ਧਿਆਨ ਰੱਖਿਆ ਹੋਵੇ ਹੋਰ ਵੀ ਬੱਚੇ ਨੇ ਉਹਨਾਂ ਦਾ ਵੀ ਧਿਆਨ ਰੱਖਿਆ ਦੇ ਤਾਂ ਜੋ ਜਿਹੜੀ ਜਿਹੜੀ ਲਗਾਤਾਰ ਪੜੀ ਪੜੀ ਇਸ ਤਰ੍ਹਾਂ ਦੀ ਵੱਧ ਰਹੀ ਹੈ ਉਸ ਤੇ ਵੱਲ ਵੀ ਜਿਹੜਾ ਪੂਰਾ غور ਕੀਤਾ ਜਾਵੇ ਸਰਤਾਜ ਜੀ ਇਹ ਹੁਣ ਜਿਹੜਾ ਸਵਾਲ ਇੱਕ ਹੋਰ ਮੇਰੇ ਜ਼ਿਹਨ ਦੇ ਵਿੱਚ ਆ ਗਿਆ ਉਹ ਇਹ ਹੈ ਕਿ ਕਈ ਵਾਰ ਨਾ ਜਿਸ ਤਰ੍ਹਾਂ ਇਸ ਤਰ੍ਹਾਂ ਦਾ ਬੱਚਾ ਹੁੰਦਾ ਫਿਰ ਇਸ ਘਰ ਦੇ ਵਿੱਚ ਦੋ ਬੱਚੇ ਹੋ ਗਏ ਕਈ ਵਾਰ ਮਾਤਾ ਪਿਤਾ ਨੂੰ ਨਾ ਬੱਚੇ ਬੋਝ ਲੱਗਣ ਲੱਗ ਜਾਂਦੇ ਆ ਤੇ ਇਸ ਤਰ੍ਹਾਂ ਦਾ ਕਦੇ ਆਪਣੇ ਪਰਿਵਾਰ ਦੇ ਵਿੱਚ ਤਾਂ ਇਸ ਤਰ੍ਹਾਂ ਨੇ ਚਲੋ ਕਈ ਵਾਰ ਹੋ ਜਾਂਦਾ ਮਾਤਾ ਪਿਤਾ ਨੂੰ ਬੋਝ ਗਾਉਂ ਕਿ ਸਾਡੀ ਨਾ ਸਾਰੀ ਫੈਮਿਲੀ ਜੁਆਇੰਟ ਆ ਕਿਉਂਕਿ ਸਾਰੇ ਬ੍ਰਦਰ ਅਸੀਂ ਇਕੱਠੇ ਆ ਅਸੀਂ ਬੋਝ ਵਾਹ ਗੁਰੂ ਸੱਚੇ ਪਾਤਸ਼ਾਹ ਨਾਲ ਕਦੀ ਬਹੁਤ ਸਭ ਨੂੰ ਨਹੀਂ ਦਿੰਦੇ ਜੇ ਉਹ ਗੁੱਸਾ ਵੀ ਕਰ ਦਿੰਦਾ ਦੂਜੇ ਚਾਚੇ ਨੇ ਟੋਕਤਾ ਮੇਰੀ ਸਿਸਟਰ ਨੇ ਟੋਕਤਾ ਜਾਂ ਮੈਂ ਟੋਕਤਾ ਵੀ ਚਲੋ ਕੋਈ ਗੱਲ ਨਹੀਂ ਰੱਬ ਦੀ ਦਿੱਤੀ ਦਾਤ ਹੈ ਤਾਂ ਇਹਨੂੰ ਵੀ ਸਹੀ ਤਰੀਕੇ ਨਾਲ ਬੁਗ ਲੈਣੀ ਚਾਹੀਦੀ ਹੈ ਕਿਉਂਕਿ ਜੇ ਵੀ ਕਈ ਵਾਰ ਮਾਪਿਆਂ ਹੋ ਜਾਂਦਾ ਵੀ ਹਾਂ ਤੰਗ ਪਰੇਸ਼ਾਨ ਕਰਦੇ ਨੇ ਕਿਉਂਕਿ ਇਹਨੇ ਬੱਚੇ ਨਾ ਜਿਆਦਾ ਤੰਗ ਪਰੇਸ਼ਾਨ ਜਿਆਦਾ ਕਰਦੇ ਨੇ ਜਿੱਦੀ ਹੁੰਦੇ ਨੇ ਕਿ ਕੋਈ ਵੀ ਚੀਜ਼ ਮੰਗ ਪੂ ਨੋ ਸਮਾਨ ਲਿਆਈ ਦੀ ਜਦਾ ਵੀ ਚਲੋ ਕੋਈ ਗੱਲ ਨਹੀਂ ਇਹ じゃ ਬੱਚਾ ਸੋ ਜਿਸ ਤਰ੍ਹਾਂ ਕਿ ਸਪੈਸ਼ਲ ਚਾਈਲਡ ਕਿਉਂ ਕਿਹਾ ਜਾਂਦਾ ਕਿਉਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਪਰਮਾਤਮਾ ਦੀ ਜਿਸ ਤਰ੍ਹਾਂ ਸਰਤਾਜ ਨੇ ਵੀ ਕਿਹਾ ਕਿ ਪਰਮਾਤਮਾ ਦੀ ਦਿੱਤੀ ਦਾਤ ਹੈ ਇਹ ਪਰਮਾਤਮਾ ਦੀ ਦਿੱਤੀ ਸੌਗਾਤ ਹੁੰਦੇ ਆ ਇਹ ਬੱਚੇ ਸਪੈਸ਼ਲ ਚਾਈਲਡ ਵੀ ਇਹਨਾਂ ਨੂੰ ਇਸੇ ਲਈ ਕਿਹਾ ਜਾਂਦਾ ਸੋ ਅਸੀਂ ਇੱਕ ਵਾਰ ਫੇਰ ਗੁਜਾਰਿਸ਼ ਕਰਾਂਗੇ ਸਰਕਾਰਾਂ ਅੱਗੇ ਵੀ ਕਿ ਅਜਿਹੇ ਬੱਚਿਆਂ ਨੂੰ ਇਹਨਾਂ ਦੀ ਪ੍ਰਤਿਭਾ ਨੂੰ ਉਭਾਰ ਕੇ ਸਾਹਮਣੇ ਲਿਆਇਆ ਜਾ ਰਵੇ ਕੈਮਰਾਮੈਨ ਲਵੀਸ਼ ਦੇ ਨਾਲ ਪਟਿਆਲਾ ਤੋਂ ਡੇਲੀ ਪੋਸਟ ਪੰਜਾਬੀ ਲਈ ਅਨੁਰਾਗ ਸ਼ਰਮ 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ ਯੂਕੇ ਆਇਲਜ਼ ਨਾਲ ਜਾਂ ਬਿਨਾ ਆਇਲਜ਼ ਤੋਂ ਇੱਕ ਵਾਰ ਫਲਾਈ ਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ ਜਾਂ ਸਾਨੂੰ ਕਾਲ ਕਰੋ 9815608585 ਤੇ ਥੈਂਕ ਯੂ